ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਆਪਣੇ ਉੱਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਕਿ NSA ਦਾ ਸਮਾਂ ਵਧਾਉਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਹੋਵੇਗੀ ਅਤੇ ਇਸ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਦੀ ਅਦਾਲਤ ਵਿੱਚ ਹੋਏਗੀ ਅਤੇ ਪਟੀਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਕਿ ਸੰਸਦ ਮੈਂਬਰ ਉੱਤੇ NSA ਲਗਾਉਣਾ ਗਲਤ ਹੈ। ਜੇ ਦੇਖਿਆ ਜਾਵੇ ਤਾਂ ਅੰਮ੍ਰਿਤਪਾਲ ਸਿੰਘ 1 ਸਾਲ ਤੋਂ ਵੱਧ ਸਮੇਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਅਦਾਲਤ 'ਚ ਅੰਮ੍ਰਿਤਪਾਲ ਸਿੰਘ ਵੱਲੋਂ ਦਰਜ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ NSA ਦੀ ਮਿਆਦ 1 ਸਾਲ ਦੇ ਲਈ ਵਧਾਉਣਾ ਪੂਰੀ ਤਰ੍ਹਾਂ ਗਲਤ ਹੈ ਅਤੇ ਉਹਨਾਂ ਨੇ ਆਪਣੇ ਖਿਲਾਫ਼ ਕੀਤੀ ਗਈ ਕਾਰਵਾਈ ਨੂੰ ਗੈਰ ਸੰਵਿਧਾਨਕ ਦੱਸਿਆ ਅਤੇ ਉਹਨਾਂ ਕਿਹਾ ਕਿ ਉਹ 1 ਸਾਲ ਤੋਂ ਵੱਧ ਸਮੇਂ ਤੋਂ ਆਪਣੇ ਸੂਬੇ, ਰਿਸ਼ਤੇਦਾਰਾਂ ਅਤੇ ਲੋਕਾਂ ਤੋਂ ਦੂਰ ਨੇ। ਉਹਨਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਨੂੰ ਅਸਧਾਰਨ ਅਤੇ ਬੇਰਹਿਮ ਤਰੀਕੇ ਦੇ ਨਾਲ ਉਹਨਾਂ ਤੋਂ ਖੋਹ ਲਿਆ ਗਿਆ। ਨਾਲ ਅੰਮ੍ਰਿਤਪਾਲ ਸਿੰਘ ਦੇ ਸੰਸਦ ਮੈਂਬਰ ਹੋਣ ਨੂੰ ਵੀ ਹੁਣ ਚੁਣੌਤੀ ਜਿਹੜੀ ਦਿੱਤੀ ਗਈ ਹੈ ਅਤੇ ਪਟੀਸ਼ਨ ਦਾਇਰ ਹੋ ਚੁੱਕੀ ਹੈ। ਅੰਮ੍ਰਿਤਪਾਲ ਸਿੰਘ ਦੇ ਸੰਸਦ ਮੈਂਬਰ ਦੇ ਅਹੁਦੇ ਨੂੰ ਹੁਣ ਚੁਣੌਤੀ ਦਿੱਤੀ ਗਈ ਹੈ। ਇਸ ਸੰਬੰਧੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਰਹੇ ਵਿਕਰਮਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਦੇ ਵਿੱਚ 5 ਗੱਲਾਂ ਦਾ ਜ਼ਿਕਰ ਕੀਤਾ ਗਿਆ। ਦਲੀਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਦਸਤਾਵੇਜ਼ ਦੇ ਵਿੱਚ ਕਈ ਜਾਣਕਾਰੀਆਂ ਛੁਪਾਈਆਂ ਨੇ ਅਤੇ ਨਾਮਜ਼ਦਗੀ ਪੱਤਰ ਅਧੂਰਾ, ਫੰਡਾਂ, ਦਾਨ ਅਤੇ ਖਰਚ ਬਾਰੇ ਜਾਣਕਾਰੀ ਛੁਪਾਈ ਗਈ ਹੈ। ਵੋਟਾਂ ਮੰਗਣ ਦੇ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਗਈ। ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਸਮੱਗਰੀ ਛਪਵਾਈ ਗਈ। ਚੋਣ ਕਮਿਸ਼ਨ ਦੀ ਇਜਾਜ਼ਤ ਲਏ ਬਿਨਾਂ ਸੋਸ਼ਲ ਮੀਡੀਆ ਉੱਤੇ ਪ੍ਰਚਾਰ ਕੀਤਾ ਗਿਆ। ਹੁਣ ਇਸ ਮਾਮਲੇ ਦੀ ਸੁਣਵਾਈ 5 ਅਗਸਤ ਨੂੰ ਹੋਏਗੀ। ਤੇ ਇਸ ਦੇ ਨਾਲ ਨਾਲ ਦੂਜੇ ਪਾਸੇ ਫਰੀਦਕੋਟ ਦੇ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਮੁੱਦੇ ਉੱਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ ਵੀ ਬੀਤੇ ਦਿਨੀ ਸਾਹਮਣੇ ਆਇਆ ਸੀ ਅਤੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਨਵੀਆਂ ਪਾਰਟੀਆਂ ਬਣਾਉਣ ਦਾ ਸਮਾਂ ਨਹੀਂ, ਹੁਣ ਸਾਨੂੰ ਰਲ ਮਿਲ ਕੇ ਹੋਮੇ ਹੰਕਾਰ ਤਿਆਗ ਕਰਕੇ ਇਕੱਠੇ ਕੰਮ ਕਰਨ ਦੀ ਲੋੜ ਹੈ। ਸੁਣਦੇ ਹਾਂ ਤਰਸੇਮ ਸਿੰਘ ਜੀ ਦਾ ਹੋਰ ਕੀ ਕਹਿਣਾ। ਵਾਪਰਨ ਦੀ ਸੰਭਾਵਨਾ ਵਾ, ਉਹ ਬਹੁਤ ਖਤਰਨਾਕ ਮਨਸੂਬੇ ਆ ਉਹਨਾਂ ਦੇ, ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੇਰੇ ਖਿਆਲ ਇੱਕ ਹੋਣ ਦੀ ਲੋੜ ਆ। ਇੱਥੇ ਹੁਣ ਜਾਂ ਨਵੀਆਂ ਜਥੇਬੰਦੀਆਂ ਨਵੀਆਂ ਪਾਰਟੀਆਂ ਬਣਾਉਣ ਦਾ ਮੇਰੇ ਖਿਆਲ ਇਹ ਇੰਨਾ ਸਮਾਂ ਨਹੀਂ, ਪਰ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਕਾਲ ਤਖ਼ਤ ਦੀ ਛਤਰ ਛਾਇਆ ਹੇਠ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਲੋੜ ਆ, ਕਿਉਂਕਿ ਜੋ ਪੁਰਾਣੀ ਸਾਡੀ ਰਵਾਇਤੀ ਲੀਡਰਸ਼ਿਪ ਕੋਲ ਗਲਤੀਆਂ ਹੋਈਆਂ, ਬਹੁਤ ਕੁਝ ਸਾਡੀ ਕੌਮ ਦਾ ਨੁਕਸਾਨ ਹੋਇਆ, ਜਿਹੜਾ ਉਹਦੀ ਭਰਪਾਈ ਕਰਨੀ ਤਾਂ ਬੜੀ ਮੁਸ਼ਕਲ ਦੀ ਗੱਲ ਆ ਕਿ ਬਹੁਤ ਸਮਾਂ ਲੱਗੇਗਾ। ਜੇ ਅਸੀਂ ਅੱਜ ਤੋਂ ਹੀ ਸਾਰੇ ਜਣੇ ਆਪਣੀ ਜਿਹੜੀ ਹੋਮੇ ਹੰਕਾਰ ਜੋ ਚੌਧਰਪੁਣਾ ਉਹਨੂੰ ਤਿਆਗ ਦੀ ਭਾਵਨਾ ਦਿਖਾਈਏ, ਤਾਂ ਜੇ ਜੋ ਸਾਡੇ ਪੁਰਾਣੇ ਲੀਡਰ ਆ, ਜੇ ਉਹਨਾਂ ਨੇ ਆਪਣੀ ਸਮਰੱਥਾ ਨਾਲ ਬਹੁਤ ਚੰਗਾ ਕੁਛ ਕਰਨ ਦੀ ਵੀ ਕੋਸ਼ਿਸ਼ ਕੀਤੀ, ਚਲੋ ਕੁਛ ਉਹਨਾਂ ਦੇ ਹਾਲਾਤ ਵੀ ਉਸ ਟਾਈਮ ਦੇ ਇੱਦਾਂ ਦੇ ਹੋਣਗੇ, ਪਰ ਠੀਕ ਹੈ ਕਿ ਉਹਨਾਂ ਦੇ ਜਿਹੜੇ ਰੋਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ, ਉਹਨਾਂ ਚੰਗਾ ਵੀ ਨਿਭਾਇਆ, ਮਾੜਾ ਵੀ ਨਿਭਾਇਆ, ਚੰਗਾ ਨਿਭਾਉਣ ਵਾਲੇ ਵੀ ਬਹੁਤ ਆ, ਜਾਂ ਉਹਨਾਂ ਦੀ ਸੁਣੀ ਨਹੀਂ ਗਈ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਵੀ ਵਾਪਰੀਆਂ। ਇਸ ਕਰਕੇ ਆਪਾਂ ਸਾਰਿਆਂ ਨੂੰ ਮੇਰੇ ਖਿਆਲ ਹੈ ਕੌਮ ਦੇ ਸਿਰ ਦੇ ਸੱਜਣਾਂ ਨੂੰ ਬੈਠ ਕੇ ਹੀ ਕੋਈ ਇਹੋ ਜਿਹੀ ਰੂਪ ਰੇਖਾ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਹੜੇ ਸਾਡੀ ਕੌਮ ਇੱਕ ਲੜੀ 'ਚ ਪਰੋਈ ਜਾ ਸਕੇ, ਇੱਕ ਹੋ ਸਕੀਏ, ਤਾਂ ਹੀ ਇਹ ਹੋਰ ਨਹੀਂ ਤਾਂ ਪਾਰਟੀਆਂ ਬਣਾਉਣੀਆਂ ਕੋਈ ਵੱਡੀ ਗੱਲ ਨਹੀਂ, ਪਾਰਟੀਆਂ ਦੇ ਰਜਿਸਟਰ ਹੁੰਦੇ ਆ ਜਾਂ ਕੁਛ ਕਰਦੇ ਆ ਵੀ ਸਮਾਂ ਨਹੀਂ ਲੱਗਦਾ। ਇਸ ਕਰਕੇ ਮੇਰਾ ਖਿਆਲ ਹੈ ਕਿ ਪਾਰਟੀਆਂ ਅਤੇ ਅੱਗੇ ਵੀ ਆਪਣੇ ਕੋਲ ਬਹੁਤ ਆ, ਆਪਾਂ ਮੇਰੇ ਖਿਆਲ ਹੈ ਕਿ ਕੋਈ ਇਹੋ ਜਿਹਾ ਉਪਰਾਲਾ ਕਰੀਏ ਜਿਸ 'ਚ ਸਾਰੀ ਕੌਮ ਇੱਕਜੁੱਟ ਹੋ ਸਕੇ, ਜੋ ਸਾਡੇ ਮਸਲੇ ਆ ਤਾਂ ਹੀ ਹੱਲ ਹੋ ਸਕਦੇ ਆ। ਬਾਕੀ ਬੜੇ ਕੁਰਬਾਨੀ ਵਾਲੇ ਪਰਿਵਾਰ, ਇਹ ਬੇਅੰਤ ਸਿੰਘ ਹੋਣੀ ਜੋ ਉਹਨਾਂ ਦੀ ਕੁਰਬਾਨੀ ਆ, ਸਤਵੰਤ ਸਿੰਘ ਹੋਣਾਂ ਦੀ, ਭਾਈ ਕੇਰ ਸਿੰਘ ਹੋਣਾਂ ਦੀ, ਉਹਦੇ ਅੱਗੇ ਹਮੇਸ਼ਾ ਸਾਰੀ ਕੌਮ ਦਾ ਸਿਰ ਝੁਕਦਾ ਰਹੂਗਾ ਅਤੇ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਾਊਗਾ, ਅਤੇ
ਇਹ ਚੀਜ਼ ਹੈ ਕਿ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਦਿੱਤਾ ਸਕਦਾ ਸਰ। ਇਹ ਤੁਸੀਂ ਜੋ ਉਹਨਾਂ ਨੂੰ ਮਾਣ ਸਤਿਕਾਰ ਜਾਂ ਅੰਮ੍ਰਿਤਪਾਲ ਨੂੰ ਦਿੱਤਾ, ਇਹਦੇ ਵਾਸਤੇ ਅਸੀਂ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਤਹਿ ਦਿਲ ਤੋਂ ਧੰਨਵਾਦੀ ਰਵਾਂਗੇ। ਸਾਡੀ ਇਹੋ ਇੱਛਾ ਕਿ ਸਾਡੀ ਕੌਮ ਇੱਕ ਝੰਡੇ ਥੱਲੇ ਇਕੱਠੀ ਹੋਵੇ ਅਤੇ ਸਾਡੇ ਜਿਹੜੇ ਬੰਦੀ ਸਿੰਘ ਇੰਨੇ ਚਿਰਾਂ ਤੋਂ ਜੋ ਸਾਡੀ ਕੌਮ ਦੀ ਆਨ ਸ਼ਾਨ ਲਈ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਹ ਜੇਲ੍ਹਾਂ 'ਚ ਰੋਲ ਰਿਹਾ, ਸਾਰਿਆਂ ਨੂੰ ਸਾਨੂੰ ਆਪਣੇ ਭੜੇ ਪਾਰਟੀਬਾਜ਼ੀ ਤੋਂ ਧੜੇਬਾਜ਼ੀ ਤੋਂ ਸਾਰਿਆਂ ਤੋਂ ਉੱਪਰ ਉੱਠ ਕੇ ਇੱਕ ਮੰਚ 'ਤੇ ਇਕੱਠੇ ਹੋ ਕੇ ਉਹਨਾਂ ਲਈ ਵੀ ਇਹ ਖਾਲੀ ਵਿਖਾਵਾ ਨਾ ਕੀਤਾ ਜਾਵੇ। ਅੱਗੇ ਸਾਡੇ ਲੀਡਰਾਂ ਨੇ ਮੇਰੇ ਖਿਆਲ ਹੈ ਕਿ ਇਹੋ ਜਿਹੇ ਮਸਲਿਆਂ 'ਤੇ ਵਿਖਾਵਾ ਕੀਤਾ, ਉਹਨਾਂ ਦਿਲੋਂ ਸਿਹਰਦ ਨਹੀਂ ਸੀਗੇ। ਇਸ ਕਰਕੇ ਜੇ ਸਾਰੀ ਕੌਮ ਇਕੱਠੀ ਹੋ ਜਾਵੇ ਤਾਂ ਮੇਰਾ ਖਿਆਲ ਕੋਈ ਸਮਾਂ ਨਹੀਂ ਲੱਗ ਸਕਦਾ, ਸਾਰੇ ਅਸੀਂ ਜੋ ਸਾਡੇ ਮਸਲੇ ਆ ਉਹਨਾਂ ਨੂੰ ਅਸੀਂ ਹੱਲ ਕਰਵਾ ਸਕਦੇ ਹਾਂ।